ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਵੱਖ ਵੱਖ ਪ੍ਰਤੀਕਿਰਿਆ ਅਸੀਂ ਸੁਣਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਮੁਤਲਕ, ਜਿਹੜੇ ਸਿਆਸਤਦਾਨ ਪੰਜਾਬ ਦੇ ਮਸਲਿਆਂ ਦੇ ਵੱਧ ਚੜ ਕੇ ਬੋਲਦੇ ਹਨ। ਇੱਕ ਇਹ ਵੀ ਮਸਲਾ ਜਿਹੜਾ ਪੂਰੀ ਸਿੱਖ ਕੌਮ ਦੇ ਨਾਲ ਜੁੜਿਆ ਹੋਇਆ ਅਤੇ ਕਈ ਸਿਆਸਤਦਾਨਾਂ ਨੂੰ ਅਸੀਂ ਬੋਲਦੇ ਹੋਏ ਵੇਖਿਆ, ਆਮ ਆਦਮੀ ਪਾਰਟੀ ਦੀ ਇੱਥੇ ਗੱਲ ਹੋ ਰਹੀ ਸੀਗੀ ਅਤੇ ਆਮ ਆਦਮੀ ਪਾਰਟੀ ਦੇ ਨਾਲ ਤਾਲੁਕ ਰੱਖਦੇ ਹੋਏ ਇੱਕ ਸਿਆਸਤਦਾਨ ਜਿਹੜੇ ਅੱਜ ਕੱਲ੍ਹ ਸੁਰਖੀਆਂ ਦੇ ਵਿੱਚ ਵੀ ਨੇ, ਸਾਡੇ ਨਾਲ ਫੋਨ ਲਾਈਨ 'ਤੇ ਇਸ ਟਾਈਮ ਮੌਜੂਦ ਨੇ ਸੁਖਪਾਲ ਖਹਿਰਾ। ਸੁਖਪਾਲ ਖਹਿਰਾ ਜੀ, ਮੈਂ ਤੁਹਾਡਾ ਜਾਣਨਾ ਚਾਹਾਂਗਾ ਸਟੈਂਡ ਇਸ ਮੁਤਲਕ। ਦੇਖੋ, ਸਾਡਾ ਤਾਂ ਸਟੈਂਡ ਬਹੁਤ ਕ੍ਰਿਸਟਲ ਕਲੀਅਰ ਹੈ ਜੀ ਕਿ ਇਹ ਜਿਹੜਾ 34 ਸਾਲ ਹੋ ਗਏ ਨੇ ਸਿੱਖ ਕਤਲਿਆਂ ਨੂੰ, ਔਰ ਬਹੁਤ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦਿੱਲੀ 'ਚ ਔਰ ਉਹਨਾਂ ਦੀਆਂ ਸਹਿਯੋਗੀ ਸਰਕਾਰਾਂ ਪੰਜਾਬ ਦੇ ਵਿੱਚ ਜੀ, ਖਾਸ ਤੌਰ ਤੇ ਅਕਾਲੀ ਦਲ ਬੀਜੇਪੀ ਕਈ ਵਾਰ ਸਰਕਾਰਾਂ ਬਣਾ ਚੁੱਕੀਆਂ ਆਫਟਰ 1984 ਜਿਹੜਾ ਜੈਨੋਸਾਈਡ ਹੈ ਜੀ, ਪਰੰਤੂ ਕਿਸੇ ਨੇ ਵੀ ਇਨਸਾਫ਼ ਨਹੀਂ ਦਿੱਤਾ ਜੀ। ਔਰ ਸਾਡਾ ਇਹ ਮੰਨਣਾ ਵਾ ਕਿ ਜਸਟਿਸ ਡਿਨਾਈਡ, ਮਤਲਬ ਕਾਂਗਰਸ ਬਣੇਗਾ, ਇਹ ਇੰਡੀਆ ਦੀ ਡੈਮੋਕ੍ਰੇਸੀ, ਇੰਡੀਆ ਦੇ ਕ੍ਰਿਮੀਨਲ ਸਿਸਟਮ ਦੇ ਬਹੁਤ ਵੱਡਾ ਸਵਾਲ ਵੀ ਹੈ ਚਿੰਨ੍ਹ ਹੈ ਜੀ। ਔਰ ਜਦ ਤੱਕ ਇੰਡੀਆ ਦੇ ਉੱਤੇ ਇੱਕ ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਮੈਂ ਸਵਾਲ ਤਾਂ ਤੁਹਾਡੇ ਤੋਂ ਹੋਰ ਪੁੱਛਣਾ ਚਾਹੁੰਦਾ ਸੀਗਾ, ਇੱਕ ਸਵਾਲ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ, ਨੌਰਥ ਅਮਰੀਕਾ ਦੇ ਵਿੱਚ ਵੱਸਦੇ ਹੁਣ ਕੀ ਬਣ ਰਿਹਾ ਤੁਹਾਡਾ ਵੀ? ਸੁਖਪਾਲ ਖਹਿਰਾ ਜੀ, ਸੁਣ ਪਾ ਰਹੇ ਜੀ? ਜੋ ਪੰਜਾਬ ਦੇ ਲੋਕ ਬਣਾਉਣਗੇ ਅਸੀਂ ਉਹੀ ਕਰਾਂਗੇ। ਅਸੀਂ ਪਿੱਛੇ ਬਠਿੰਡੇ ਵਿਖੇ ਬਹੁਤ ਵੱਡੀ ਤਾਦਾਦ ਵਿੱਚ ਸਾਡੀ ਪਾਰਟੀ ਦੇ ਵੋਲੰਟੀਅਰਸ ਆਏ ਸੀ, ਵਰਕਰਸ ਆਏ ਸੀ, ਕਨਵੈਨਸ਼ਨ ਕੀਤੀ ਹੈ ਜੀ। ਅਸੀਂ 6 ਰੈਜ਼ੋਲੂਸ਼ਨ ਦੇ ਵਿੱਚ ਪਾਸ ਕੀਤੇ ਨੇ, ਜਿਹਦੇ ਵਿੱਚ ਵਨ ਆਫ ਦ ਮੇਨ ਰੈਜ਼ੋਲੂਸ਼ਨ ਇਜ਼ ਜੀ ਫ੍ਰੀ ਕੰਟਰੋਲ ਆਫ ਦ ਪਾਰਟੀ ਇਨ ਪੰਜਾਬ, ਜੋ ਪੰਜਾਬ ਦੀ ਤਕਦੀਰ ਤੇ ਪੰਜਾਬ ਦਾ ਫੈਸਲਾ ਪੰਜਾਬ ਦੀ ਧਰਤੀ ਦੇ ਉੱਤੇ ਹੋਵੇਗਾ। ਕੋਈ ਬਾਹਰੋਂ ਆਣ ਕੇ ਸਾਨੂੰ ਡਿਕਟੇਟ ਨਹੀਂ ਕਰਾ ਸਕੇਗਾ। ਅਸੀਂ ਉਸ ਆਪਣੇ ਮੱਤੇ ਦੇ ਉੱਤੇ 100% ਵੀ ਕਹਿਣ ਹੈ, 1 ਇੰਚ ਵੀ ਪਿੱਛੇ ਨਹੀਂ ਹਟਾਂਗੇ ਜੀ। ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਪੰਜਾਬ ਨੂੰ ਆਉਣ ਤੇ ਕੀ ਫੋਰਥ ਫਰੰਟ ਬਣਾਉਣ ਦੀ ਤਿਆਰੀ ਹੋ ਰਹੀ ਹੈ? ਫੋਰਥ ਫਰੰਟ ਬਣਾਓਗੇ, ਪਾਰਟੀ ਬਣਾਓਗੇ ਵੱਖ ਕੀ ਆਮ ਆਦਮੀ ਪਾਰਟੀ ਦੇ ਨਾਲ ਚੱਲ ਕੇ ਹੀ ਇਸ ਰੋਡ ਮੈਪ ਨੂੰ ਤਿਆਰ ਕਰੋਗੇ? ਬਹੁਤ ਬਹੁਤ ਧੰਨਵਾਦ ਆਪਣੇ ਪ੍ਰਤੀਕਰਮ ਸਾਨੂੰ ਦੇਣ ਦੇ ਲਈ। ਇਹ ਸੀਗੇ ਸੁਖਪਾਲ ਖਹਿਰਾ ਜਿਨ੍ਹਾਂ ਨੇ ਆਪਣੇ ਪ੍ਰਤੀਕਰਮ ਸਾਨੂੰ ਦਿੱਤੇ। ਨਵੀਨ ਜੀ, ਆਈ ਵੁੱਡ ਲਾਈਕ ਟੂ ਹੈਵ ਯੂਰ ਕਮੈਂਟ ਔਨ ਦਿਸ। ਦੇਖੋ, ਇਹ ਜਿਹੜਾ 1984 ਵਾਲਾ ਮਾਮਲਾ, ਇਹਦਾ ਹਰ ਸਿਆਸੀ ਪਾਰਟੀ ਨੇ ਆਪਣੇ ਆਪਣੇ ਹਿਸਾਬ ਨਾਲ ਲਾਹ ਲੈਣ ਦੀ ਕੋਸ਼ਿਸ਼ ਕੀਤੀ ਹੈ। ਆਮ ਆਦਮੀ ਪਾਰਟੀ ਵੀ ਕੋਈ ਵੱਖ ਨਹੀਂ ਹੈ। ਆਮ ਆਦਮੀ ਪਾਰਟੀ ਤਾਂ ਕਦੀ ਵੀ ਐਸੇ ਸੈਂਸਿਟਿਵ ਮੁੱਦਿਆਂ ਦੇ ਉੱਤੇ ਅੱਗੇ ਆ ਕੇ ਬੋਲਣ ਨੂੰ ਤਿਆਰ ਨਹੀਂ ਹੁੰਦੇ। ਇਹਨਾਂ ਦੇ ਕਈ ਲੀਡਰਸ ਨੇ 1984 ਦੇ ਮਸਲੇ ਤੇ ਬਿਆਨ ਦੇਣ ਤੱਕ ਤੋਂ ਮੀਡੀਆ ਨੂੰ ਸਾਫ਼ ਇਨਕਾਰ ਕਰਤਾ ਸੀ ਕਿ ਸਾਨੂੰ ਇਸ ਚੱਕਰ ਹੁਣ ਤੇ ਫਿਲਹਾਲ ਜਿੱਤੀ ਪੈਦਾ ਹੋਈ ਹੈ। ਸੁਖਪਾਲ ਖਹਿਰਾ ਆਪ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਲੀਡਰ ਹੋਣ ਵਾਲੇ ਦੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕੀ ਕਰਨਾ ਹੈ। ਮਤਲਬ ਇਹ ਆਮ ਆਦਮੀ ਪਾਰਟੀ ਦੀ ਤਾਂ ਗੱਲ ਹੀ ਨਾ ਕਰੋ, ਦੇ ਆਰ ਵੈਰੀ ਰਿਸਪੋਨਸੀਬਲ ਪਾਰਟੀ। ਉਹਨਾਂ ਨੇ ਤਾਂ ਹਮੇਸ਼ਾ ਇਸ ਮਸਲਿਆਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਮਾਮਲੇ ਦਾ 1984 ਦੇ ਕੇਸ ਦਾ ਇਸੇ ਵਾਸਤੇ ਹੋਇਆ ਕਿ ਇਹਦਾ ਹਮੇਸ਼ਾ ਇਹਦੀ ਸਿਆਸੀ ਦੁਰਵਰਤੋਂ ਹੋਈ ਹੈ। ਹਰ ਪਾਰਟੀ ਨੇ ਇਹਨੂੰ ਆਪਣੇ ਆਪਣੇ ਪੱਖ ਨਾਲ ਭੁਣਾਉਣ ਦੀ ਕੋਸ਼ਿਸ਼ ਕੀਤੀ ਹੈ, ਐਂਡ ਦਿਸ ਇਜ਼ ਸਟਿਲ ਕੰਟੀਨਿਊ। ਦਰਸ਼ਕਾਂ ਦੇ ਵੀ ਅਸੀਂ ਆਪਣੇ ਪ੍ਰਤੀਕਰਮ ਜਾਣ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਅਮਰੀਸ਼ ਪਰੋ ਬੋਲਦਾ, ਇੱਥੋਂ ਕੈਲੀਫੋਰਨੀਆ ਤੋਂ ਜੀ। ਤੇ ਜਿਸ ਤਰ੍ਹਾਂ ਦਾ ਸਿਸਟਮ ਇੰਡੀਆ ਦਾ ਲੱਗਦਾ ਉਹ ਡੈਮੋਕ੍ਰੇਸੀ ਵਜਾਏ ਡੈਮੋਕ੍ਰੇਸੀ ਕਿਹਾ ਜਾ ਸਕਦਾ ਜੀ, ਕਿਉਂਕਿ ਜਿਹੜਾ ਡਿਲੇਡ
ਜਸਟਿਸ ਆ ਉਹ ਨੋ ਜਸਟਿਸ ਆ, ਇਹ ਉਡੀਕ ਕਰ ਰਹੇ ਨੇ ਕਿ ਜਦੋਂ ਜਿਹੜਾ ਉੱਥੋਂ ਸਿਸਟਮ ਆ ਉਹ ਗਾਹਾਂ ਗਵਾਹਾਂ ਤੇ ਹੁੰਦਾ ਨਿਰਭਰ, ਨਾ ਕਿ ਜੂਰੀ ਸਿਸਟਮ ਦੇ, ਇਸ ਕਰਕੇ ਹੌਲੀ ਹੌਲੀ ਸਾਰੇ ਜਿਹੜੇ ਆ ਗਵਾਹ ਮਰ ਜਾਣਗੇ ਤੇ ਮੁੜ ਕੇ ਕੋਈ ਪੁੱਛਣ ਵਾਲਾ ਨਹੀਂ ਹੋਊਗਾ। ਸੋ ਇਹ ਮੈਂ ਕੋਸ਼ਿਸ਼ ਕਰਦਾ, ਮਤਲਬ ਬੇਨਤ ਕਰਦਾ ਵੀ ਜਿਹੜੇ ਆਪਣੇ ਹਿੰਦੂ ਭਰਾ ਤੁਹਾਡੇ ਨਾਲ ਬੈਠੇ ਨੇ ਇਹ ਵੀ ਆਹ ਦਾ ਨਾਰਾ ਮਾਰਨ, ਤਾਂ ਕਿ ਸਾਰੀ ਸਾਰਾ ਰਲ ਮਿਲ ਕੇ ਇਸ ਕੌਮ ਨੂੰ ਜਸਟਿਸ ਮਿਲ ਸਕੇ। ਜੀ 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 ਬਿਲਕੁਲ ਬਿਲਕੁਲ, ਸਾਰਿਆਂ ਦੀ ਲੜਾਈ ਹੈਗੀ ਹੈ ਔਰ ਕੋਸ਼ਿਸ਼ ਇਹੀ ਹੈ ਕਿ ਹੁਣ ਜਲਦ ਤੋਂ ਜਲਦ ਜਿਹੜਾ ਇਨਸਾਫ ਹੈ ਇਸ ਮੁਤਲਕ ਜ਼ਰੂਰ ਸਾਹਮਣੇ ਆਏ। ਹੋਰ ਵੀ ਕਾਲਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਅਸੀਂ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਰ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ, ਜੇਕਰ ਅੱਜ ਦੇ ਮੁੱਦੇ ਦੇ ਮੁਤਲਕ ਤੁਸੀਂ ਕੋਈ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਰੱਖੋ, ਜੇਕਰ ਤੁਸੀਂ ਕੁਛ ਹੋਰ ਗੱਲ ਕਰਨਾ ਚਾਹੁੰਦੇ ਤੁਸੀਂ ਮੇਲ ਕਰ ਸਕਦੇ ਹੋ। ਮੈਂ ਦੂਜੇ ਕਾਲਰ ਜਿਹੜੇ ਸਾਨੂੰ ਕਾਲ ਕਰ ਰਹੇ ਨੇ ਜੋ ਇਸ ਮੁਤਲਕ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਅਸੀਂ ਉਹਨਾਂ ਦੀ ਗੱਲ ਜ਼ਰੂਰ ਸੁਣ ਲਈਏ। ਜੇਕਰ ਤੁਹਾਨੂੰ ਕੋਈ ਹੋਰ ਨਿੱਜੀ ਗੱਲ ਕਰਨੀ ਹੈ, info@justbroadcasting.com, hakeerat@justbroadcasting.com ਦੇ ਉੱਤੇ ਮੈਨੂੰ ਲਿਖ ਕੇ ਤੁਸੀਂ ਭੇਜ ਸਕਦੇ ਹੋ। ਲੇਕਿਨ ਅਸੀਂ ਉਹਨਾਂ ਕਾਲਰਸ ਦਾ ਵੀ ਧਿਆਨ ਦਈਏ ਕਿ ਜੋ ਕਿ ਸਪੈਸ਼ਲੀ ਸਾਨੂੰ ਕਾਲ ਕਰ ਰਹੇ ਨੇ ਔਰ ਆਪਣੇ ਪ੍ਰਤੀਕਰਮ ਸਾਨੂੰ ਦੇਣਾ ਚਾਹੁੰਦੇ ਨੇ, ਇਸ ਮੁੱਦੇ ਨਾਲ ਜੁੜੇ ਨੇ ਉਹ ਗੱਲ। ਜੀ ਬਿਲਕੁਲ ਬਿਲਕੁਲ ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਭਾਜੀ, ਮੈਂ ਸੁਖਪ੍ਰੀਤ ਬੋਲਦੀ ਹਾਂ ਸਕਰਾਮੈਂਟੋ ਤੋਂ। ਜੀ ਜੀ ਹਾਂਜੀ ਭਾਜੀ, ਤੁਸੀਂ ਨਾ ਗੱਲ ਕੀਤੀ ਆ 2020 ਦੇ ਇਹਨਾਂ ਦੇ ਪੰਨੂ ਸਾਹਿਬ ਹੋਣਾ ਵਾਲੀ। ਜੀ ਜੀ ਭਾਜੀ, ਸਾਨੂੰ ਤੇ ਇਸ ਗੱਲ ਦੀ ਸਮਝ ਨਹੀਂ ਲੱਗਦੀ ਹੈਗੀ। ਇਹ ਕਹਿੰਦੇ ਆ ਕਿ ਅਸੀਂ ਪੰਜਾਬ ਆਜ਼ਾਦ ਕਰਾਉਣਾ, ਇੱਕ ਮੁਰਦਾ ਜਿਹਾ ਪੰਜਾਬ ਨੂੰ ਆਜ਼ਾਦ ਕਰਾ ਕੇ ਕੀ ਕਰਨਾ? ਸਾਨੂੰ ਪੰਜਾਬ ਲਈ, ਸਾਨੂੰ ਪੰਜਾਬੀ ਤਾਂ ਆਜ਼ਾਦ ਕਰਾਉਣੀ ਚਾਹੀਦੀ ਆ। ਪੰਜਾਬੀ ਦੇਸ਼ ਦੇ ਹਰ ਇੱਕ ਕੋਨੇ 'ਚ ਬੈਠਾ, ਰਾਈਟ? ਔਰ ਹਰ ਇੱਕ ਪੰਜਾਬੀ ਦੀ ਜਿਹੜਾ ਸਿੱਖੀ ਨਾਲ ਜੁੜੀਆਂ ਆ, ਭਾਵੇਂ ਉਹ ਪੰਜਾਬੀ ਬੋਲਦਾ ਚਾਹੇ ਨਹੀਂ ਬੋਲਦਾ, ਅਸੀਂ ਉਹਨਾਂ ਨੂੰ ਕਦੋਂ ਆਜ਼ਾਦ ਕਰਾਉਣਾ ਆ? ਜੇ ਅਸੀਂ ਵੰਡਣਾ ਆ ਨਾ, ਸਾਡੀ ਸੱਚ ਜ਼ਮੀਨ ਸਾਨੂੰ ਪਹਿਲਾਂ ਮਰਦਮਸ਼ੁਮਾਰੀ ਕਰਨੀ ਚਾਹੀਦੀ ਆ ਕਿ ਸਾਡੇ ਪੂਰੇ ਦੇਸ਼ ਦੇ ਵਿੱਚ ਕਿੰਨੇ ਸਿੱਖ ਵੱਸਦੇ ਆ, ਕਿੰਨੇ ਕਰੋੜ ਸਿੱਖ ਵੱਸਦੇ ਆ। ਉਸ ਹਿਸਾਬ ਦੇ ਨਾਲ ਪਹਿਲਾਂ ਸਾਨੂੰ ਸਾਡੀ ਸਾਰ ਜ਼ਮੀਨ ਲੈਣੀ ਚਾਹੀਦੀ ਆ, ਇਹ ਨੀ ਕਿ ਮੁਰਦਾ ਪੰਜਾਬ ਲੈਣਾ ਚਾਹੀਦਾ। ਨੰਬਰ 2, ਇਹ ਭਾਈ ਸਾਡਾ ਪੰਜਾਬ, ਇਹਨਾਂ ਨੇ ਦੇਸ਼ ਦੀ ਗਲਤ ਵੰਡ ਕਰਕੇ ਸਾਡਾ ਪੰਜਾਬ ਜਿਹੜਾ ਆ ਪਾਕਿਸਤਾਨ ਵਿੱਚ ਰਹਿਣ ਦਿੱਤਾ, ਰਾਈਟ? ਸਾਨੂੰ ਵੀ ਇਹ ਵੀ ਨਾ ਆਪਣੀ ਆਵਾਜ਼ ਉਠਾਉਣੀ ਚਾਹੀਦੀ ਆ ਕਿ ਸਾਨੂੰ ਉਹਦੇ ਬਦਲੇ 'ਚ ਤੁਸੀਂ ਕੀ ਦਿੰਦੇ ਆ, ਜੀ ਜੀ ਜੀ, ਉਸ ਪੰਜਾਬ ਦੇ ਬਦਲ 'ਚ ਤੁਸੀਂ ਸਾਨੂੰ ਕੀ ਦਿੰਦੇ ਆ, ਰਾਈਟ? ਫਿਰ ਦੂਸਰੀ ਗੱਲ ਭਾਜੀ ਇਹ ਆ, ਜਿਹੜਾ ਹੁਣ ਹਿੰਦੂ ਆ ਇਹ ਇਸ ਦੇਸ਼ ਦੇ ਵਾਸੀ ਨਹੀਂ, 2600 ਸਾਲ ਪਹਿਲਾਂ ਇੱਥੇ ਆਏ ਸੀ, ਇਹਨਾਂ ਦਾ ਪਿੱਛਾ ਮਿਡਲ ਈਸਟ ਵਾ। ਇਹ ਸਾਰੇ ਲੋਕਾਂ ਨੂੰ ਹਿੰਦੂ ਕਹੀ ਜਾਂਦੇ, ਜਿਹੜੇ ਆਦਿਵਾਸੀ ਲੋਕ ਉਹਨਾਂ ਨੂੰ ਹਿੰਦੂ ਕਹਿੰਦੇ ਆ, ਜਦਕਿ ਉਹ ਲੋਕ ਕਹਿੰਦੇ ਆ ਕਿ ਜਿਹੜੇ ਇਹ ਹਿੰਦੂ ਲੋਕ ਆ ਇਹਨਾਂ ਨੇ ਇੱਥੇ ਆ ਕੇ ਸ਼ਰਨ ਲਈ ਹੈ, ਸਾਡੇ ਸ਼ਰਨਾਰਥੀ ਲੋਕ, ਅਸੀਂ ਹਿੰਦੂ ਕਿਉਂ ਸਹਾਈਏ ਆਪਣੇ ਆਪ ਨੂੰ? ਜੀ 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 ਬਿਲਕੁਲ, ਔਰ ਇਹੀ ਜਿਹੜੀ ਮੰਗ ਹੈ ਨਿਰੰਤਰ ਵੇਖਣ ਨੂੰ ਮਿਲ ਰਹੀ ਹੈ ਕਿ ਅਮੈਂਡਮੈਂਟ ਦੇ ਵਿੱਚ ਸੰਸ਼ੋਧਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੌਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ, ਔਰ ਇਹ ਮੰਗ ਲਗਾਤਾਰ ਵੇਖਣ ਨੂੰ ਮਿਲੀ ਹੈ ਕਿ ਆਰਟੀਕਲ 25(b) ਹੈ ਜਿਹੜਾ ਜਿਹਦੇ ਵਿੱਚ ਸਿੱਖਾਂ ਨੂੰ ਕਿਹਾ ਜਾਂਦਾ ਹੈ ਬੁੱਧਿਜ਼ਮ ਔਰ ਜੈਨਿਜ਼ਮ ਨੂੰ ਕਿ ਇਹ ਹਿੰਦੂ ਨਾਲ ਸੰਬੰਧ ਰੱਖਦੇ ਨੇ, ਹਿੰਦੂਆਂ ਦਾ ਪਾਰਟ ਨੇ, ਸਾਡੇ ਭਾਈਵਾਲ ਨੇ, ਸਾਡੇ ਭਰਾ ਨੇ, ਤੇ ਇਹ ਗੱਲ ਵੀ ਮੈਂ ਮੁੱਦਾ ਜ਼ਰੂਰ ਲੈ ਕੇ ਆਊਂਗਾ। ਔਰ ਮੈਂ ਅੱਜ ਜਾਣਨਾ ਚਾਹੁੰਦਾ ਕਿ ਅੱਜ ਦੇ ਮੁੱਦੇ ਦੇ ਉੱਤੇ ਮੁਤਲਕ ਜਿਹੜੇ ਅਸੀਂ ਗੱਲ ਕਰ ਰਹੇ ਹਾਂ ਉਹਦੇ ਉੱਤੇ ਪ੍ਰਤੀਕਰਮ ਲੈ ਰਹੇ ਹਾਂ। ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਰੁਕ ਰਿਹਾ, ਔਰ ਵਕਫੇ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਬਦਸਤੂਰ ਜਾਰੀ ਹੈ।